ਪੰਜਾਬ ਦੇ ਇੱਕ ਆਮ ਜਿਹੇ ਪਰਿਵਾਰ ਦਾ ਵਿਗੜਿਆ ਹੋਇਆ ਮੁੰਡਾ ਜਦੋਂ ਵਿਦੇਸ਼ ਜਾਂਦਾ ਹੈ ਤਾਂ ਉੱਥੇ ਜਾ ਕੇ ਉਸ ਨੂੰ ਉਹ ਸਾਰੇ ਕੰਮ ਕਰਨੇ ਪੈਂਦੇ ਨੇ ਜੋ ਉਸਨੇ ਜ਼ਿੰਦਗੀ ਵਿੱਚ ਕਦੇ ਨਹੀਂ ਸੀ ਕੀਤੇ। ਪੈਸੇ ਵੀ ਸੋਹਣੇ ਕਮਾਉਣ ਲੱਗ ਜਾਂਦਾ ਹੈ। ਫਿਰ ਉਸਨੂੰ ਯਾਦ ਆਉਂਦਾ ਹੈ ਕਿ ਕਿਵੇਂ ਉਸਦਾ ਬਾਪੂ ਉਸਨੂੰ ਵਿਹਲਾ, ਨਿਕੰਮਾ ਅਤੇ ਨਿਖੱਟੂ ਆਖ ਕੇ ਬੁਲਾਇਆ ਕਰਦਾ ਸੀ। ਅੱਖਾਂ ਭਰ ਆਉਂਦੀਆਂ ਨੇ, ਹੌਕਾ ਨਿਕਲ ਜਾਂਦਾ ਹੈ। ਬਾਪੂ ਦੀ ਤਸਵੀਰ ਨੂੰ ਸਾਹਮਣੇ ਰੱਖ ਕੇ ਉਸ ਨਾਲ ਕੀ ਗੱਲਾਂ ਕਰਦਾ ਹੈ। ਉਸ ਵੇਲੇ ਦਾ ਹਾਲ ਕੁਲਵੰਤ ਗਰਾਇਆ ਦੀ ਕਲਮ ਅਤੇ ਟੀ ਆਰ ਦੇ ਸੰਗੀਤ ਵਿੱਚ ਤੇਜੀ ਕਾਲੋਂ ਇੰਜ ਬਿਆਨ ਕਰਨ ਜਾ ਰਿਹਾ ਹੈ। ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ। ਆਏ ਦਿਨ ਪੰਗੇ ਪਾਉਂਦਾ ਸੀ ਜਿਹੜਾ ਨਿੱਤੀ ਉਲਾਮੇ ਲਿਆਉਂਦਾ ਸੀ, ਉੱਠ ਤੜਕੇ ਜੋਬ ਨੂੰ ਜਾਵੇ ਆ ਰੋਟੀ ਆਪ ਪਕਾਵੇ, ਆਪੇ ਹੀ ਤੜਕੇ ਲਾਵੇ ਬਾਲਾ ਹੀ ਸਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ। ਇੱਕ ਵਜੇ ਦੁਪਹਿਰੇ ਉੱਠਦਾ ਸੀ ਤੇਰੇ ਸਿਰ ਤੇ ਐਸ਼ਾਂ ਕਰਦਾ ਸੀ, ਮੰਜੇ ਤੇ ਰੋਟੀ ਖਾਂਦਾ ਸੀ ਭਾਂਡੇ ਨਾ ਚੁੱਕ ਕੇ ਧਰਦਾ ਸੀ, ਜਾਂਦਾ ਕਾਲਜ ਬਣ ਸੈਕਸੀ ਆ ਸ਼ਾਮੀ ਜੋਬ ਕੇ ਐਫਸੀ, ਫਿਰ ਰਾਤ ਚਲਾਉਂਦਾ ਟੈਕਸੀ ਮਿਹਨਤ ਦੀਆਂ ਖਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ। ਬੇਬੇ ਦੀ ਆਉਂਦੀ ਯਾਦ ਜਦੋਂ ਫੁਲਕਾ ਥਲ ਦੇ ਦਾਤ ਸੜਦਾ ਏ, ਜਦ ਯਾਦ ਬੇਬੇ ਦੀ ਆਵੇ ਫਿਰ ਨਾ ਪੀਵੇ ਨਾ ਖਾਵੇ, ਹੜ ਵਾਂਗੂ ਨੀਰ ਵਹਾਵੇ ਗੱਲ ਦਿਲ ਤੇ ਲਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ। ਬੈਠਕ ਵੱਡੀ ਏ ਵੀਕੈਂਡ ਤੇ ਡਿਸਕ ਵੀ ਜਾਵੇ, ਗੋਰਿਆਂ ਨਾਲ ਤੰਗੜੇ ਪਾਵੇ, ਮਾਣਕ ਦੀਆਂ ਕਲੀਆਂ ਗਾਵੇ ਨਾਲ ਘੁੱਟ ਘੁੱਟ ਲਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਏ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ। ਨਹੀਂ ਮਿੱਠੀ ਜੇਲ ਵਿੱਚ ਰਹਿ ਹੁੰਦਾ ਤੇਰੇ ਕੁਲਵੰਤ ਗਰਾਏ ਤੋਂ, 2 ਲੱਖ ਅਜੇ ਪਰ ਮੋੜ ਨਾ ਏ ਜਿਹੜਾ ਲਿਆ ਉਹਦਾ ਰਾਤਾਏ ਤੋਂ, ਜਿਹੜਾ ਬਾਰ ਬਾਰ ਸੀ ਕਰਦਾ ਘਰ ਜਾਣ ਲਈ ਹੌਕੇ ਭਰਦਾ, ਨਹੀਂ ਬਾਪੂ ਦੇ ਬਿਨ ਸਰਦਾ ਸਭ ਨੂੰ ਸਮਝਾਊ ਹੋ ਗਿਆ ਏ, ਬਾਪੂ ਤੇਰਾ